ਹਾਂਜੀ, ਕੀ ਹਾਲ ਸਾਰੇ ਵੀਰਾਂ ਦਾ? ਹੋਰ ਕੀ ਬੰਦਾ ਕਰਦਾ ਮੇਰੇ ਵੀਰੋ? ਘਰ ਪਰਿਵਾਰ ਠੀਕ ਆ ਵੀ? ਸਾਰੇ ਵੀਰਾਂ ਦਾ ਪੁੱਤਰ ਪਾਤਰ ਸੈੱਟ ਹੈ? ਬੜੀ ਨੀਂਦ ਆ ਗਈ ਯਾਰ, ਕਦੇ ਉੱਠਣ ਨੂੰ ਨਹੀਂ ਜੀ ਕਰਦਾ ਬੰਦਾ। ਚੱਲ ਭਾਈ ਉੱਠ ਕੇ ਗਿਆ, ਬਹੁਤ ਲੇਟ ਹੋ ਗਿਆ ਹੈ ਨਾ। ਦੇਖੀਏ ਕਬੂਤਰ ਡਾਊਨ ਡੂਨ ਵਾਲਿਆਂ ਦਾ ਕੀ ਹਿਸਾਬ ਕਿਤਾਬ ਹੈ। ਚੈੱਕੀਏ ਸਭ ਤੋਂ ਪਹਿਲਾਂ ਤਾਂ ਪਲੀਜ਼ ਕਰੀਏ ਓਪਨ ਡੋਰ। ਲਓ ਜੀ, ਲੈ ਗਏ ਬਾਬੇ ਦਾ ਨਾਲ ਖੋਲੇ ਖੁੱਡੇ। ਸਭ ਤੋਂ ਪਹਿਲੀ ਕੂਤਰ ਨੂੰ ਹੱਥ ਪਾਇਆ, ਹਰਾ ਕੰਡ ਗੁਲਾਬੀ ਘਾਤ ਹੈ ਨਾ, ਅਤੇ ਵਿਹਲੀ ਸੀ ਵੀ ਜਮਾਂ। ਇੱਕ 20 ਦਾਣਾ ਹੈ ਨਹੀਂ ਸੀਗਾ, ਅੱਧਾ ਦਾਣਾ ਵੀ ਹੈ ਨਹੀਂ ਚਾਹੇ ਤਾਂ। ਲਓ ਜੀ, ਅਤੇ ਦੂਜੀ ਕੂਤਰੀ ਆਪਣੀ ਗੁਲਾਬੀ ਟੂਸੇ ਅਤੇ ਟੋਰੀ ਵਾਲੀ, ਉਹਨੂੰ ਦਿੰਦੇ ਆਪਾਂ 10.5 ਹੈ ਨਾ, 11 ml ਪਾਣੀ। ਲਓ ਜੀ, ਅਤੇ ਉਹਨੇ ਇੱਧਰ ਹੋਰ ਕੂਤਰਾਂ ਛੱਡ ਦੇ, ਜਿਵੇਂ ਖੋਈ ਟੂਸੇ ਡੰਡੇ ਵਾਲੀ, ਇਹ ਵੀ ਵਿਹਲੀ ਸੀਗੀ ਜਮਾਂ। ਲਓ ਜੀ, ਅਤੇ ਇੱਧਰ ਇਹਦਾ ਕੂਤਰੀ ਦਾ ਵੀ ਉਹਲਾ ਮਾਰ ਦੇ, ਗੁਲਾਬੀ ਟੂਸੇ ਟੋਰੀ ਵਾਲੀ ਹੈ ਨਾ। ਲਗਭਗ ਯਾਰ ਦੂਜਿਆਂ ਕਬੂਤਰਾਂ ਅੰਦਰ ਰਹਿਸ਼ ਆ ਯਾਰ, ਸਾਰੀਆਂ ਅੰਦਰ ਹੀ ਹੈ ਨਾ। ਇੱਧਰੋਂ ਕਬੂਤਰ ਤਾਂ ਵਿਹਲਿਆ ਖਰ, ਮੋਜੇ ਵਰਗੇ ਇੱਕ ਦੋ। ਲਓ ਜੀ, ਮੋਜਾ ਵੀ ਛੱਡ ਦੇ, ਇਹ ਵੀ ਵਿਹਲਾ ਲਗਭਗ ਹੈ ਨਾ, ਇੱਕ ਅੱਧਾ ਦਾਣਾ ਹੋਊਗਾ ਹੋਇਆ ਤੇ ਅੰਦਰ। ਲਓ ਜੀ, ਉਦੋਂ ਬਾਅਦ ਛੱਡ ਦਈਏ ਦੋਵੇਂ ਗੁਲਾਬੀ ਟੂਸੇ ਅਤੇ ਗੁਲਾਬੀ ਟੋਰੀ ਹੈ ਨਾ। ਇਹਦੇ ਅੰਦਰ ਬਈ ਇੱਕ ਅੱਧਾ ਦਾਣਾ ਸੀਗਾ, ਮਤਲਬ ਜ਼ਿਆਦਾ ਨਹੀਂ, ਇੱਕ ਅੱਧਾ ਹੈ ਨਾ, ਇੱਕ 2-4 ਦਾਣੇ ਹੋਣਗੇ, ਚਲੋ ਕੋਈ ਚੱਕਰ ਵਾਲੀ ਗੱਲ ਨਹੀਂ। ਲਓ ਜੀ, ਅਤੇ ਇੱਧਰ ਹਰੇ ਟੂਸਿਆਂ ਨੂੰ ਵੀ ਰੱਖ ਦੀ ਬਦਾਮ ਬਈ ਹੈ ਨਾ, ਰਾਤ ਸੌਂ ਸੌਂ ਗਿਆ ਸੀ ਯਾਰ, ਨਹੀਂ ਪਤਾ ਲੱਗਿਆ। ਚਲੋ ਕੋਈ ਚੱਕਰ ਵਾਲੀ ਗੱਲ ਨਹੀਂ, ਪਾਣੀ ਦੇ ਕੇ ਸੁੱਤਾ ਹੀ ਪਰੇ ਨੂੰ ਮੈਂ। ਆਇਆ 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 ਪੁੱਤ ਖਾਲਾ, ਚਲੋ ਖਾ ਲੂਗਾ, ਉਸ ਤੋਂ ਬਾਅਦ ਚੁਕਾ ਦਿਆਂਗੇ ਉਹਦੀ ਕਣਕ। ਨਹੀਂ 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 ਹੈਗਾ ਨੰਬਰ, ਮੈਂ ਵੀਡੀਓ ਸ਼ੂਟ ਕਰ ਲਈਏ, ਮੀ ਐਂਡ ਮਾਈ ਫਰੈਂਡਸ ਐਂਡ ਮਾਈ ਫਰੈਂਡ ਜਗਦੀਪ, ਡਾਕਟਰ ਸਾਹਿਬ, ਡਾਕਟਰ ਸਾਹਿਬ ਜੀ ਤੁਸੀਂ ਕਰੋ ਜੀ, ਸਾਡੇ ਪੁੱਤਰ ਦਾ ਕੋਈ ਇਲਾਜ ਕਰੋ ਜੀ, ਇਹ ਭੱਜਣ ਰੁਕ ਜਾਣਗੇ। ਅਸੀਂ ਕਿਹੜੀ ਦਵਾਈ ਆਪਣੀ? ਅੱਛਾ, ਇੱਕ ਮੁੰਡਾ ਹੋਰ ਆ ਗਿਆ, ਕਿਵੇਂ? ਓਕੇ, ਹਾਂਜੀ ਬਾਬੇ। ਅਤੇ ਕਬੂਤਰ ਆਪਣੇ ਬਈ ਛੱਡੇ ਆਪਾਂ ਪਤਾ ਨਹੀਂ ਕਿੰਨੇ, ਮਾਸੂਰ ਦੀ ਅਮਰਾਦ ਹੈ, ਖੜ ਜਾਓ ਇੱਕ ਮਿੰਟ, ਸ਼ਾਇਦ ਛੱਡਿਆ 5 ਕਬੂਤਰ ਛੱਡਿਆ ਬਈ। ਇੱਕ ਤਾਂ ਆ ਜਾਂਦੀ ਗੁਲਾਬੀ ਟੂਸੇ ਟੋਰੀ ਵਾਲੀ, ਠੀਕ ਹੈ, ਸੱਜਾ ਗੁਲਾਬੀ ਟੂਸਾ ਗੁਲਾਬੀ ਟੋਰੀ, ਅਤੇ ਇੱਕ ਆ ਜਾਂਦੀ ਟੂਸੇ ਡੰਡੇ ਵਾਲੀ, ਅਤੇ ਉਹ ਆ ਗਿਆ ਦੋਵੇਂ ਟੂਸੇ ਟੋਰੀ ਵਾਲਾ, ਇੱਕ ਮੋਜਾ ਛੱਡਿਆ ਅਤੇ ਇੱਕ ਘੰਟ ਕਾਂਤ ਵਾਲੀ ਛੱਡੀ, 5 ਕਬੂਤਰ ਛੱਡਿਆ ਬਈ, ਠੀਕ ਹੈ। ਅਤੇ ਓਕੇ ਰਿਪੋਰਟਾਂ, ਜਗਦੀਪ ਵਰਗੇ ਆ ਗਏ ਸੀ, ਬਚੀ ਹੋਰ ਬੰਦੇ ਹਾਂ, ਪਤਾ ਮਹਿਫਲ ਫਿਰ ਲੱਗੀ ਰਹਿੰਦੀ ਇੱਥੇ, ਆਫਟਰਆਲ ਬਾਜੀਆਂ ਦਾ ਟਾਈਮ ਚੱਲ ਰਿਹਾ ਹੈਗਾ, ਬਾਕੀ ਇੱਧਰ ਡਿਸਕਾਂ ਲਵਾਉਣ ਲੱਗ ਗਏ ਸੀਗੇ ਜਿਹੜਾ ਤਾਂ ਧਰੀਆਂ ਸੀਗੀਆਂ। ਆ ਯਾਰ, ਇੱਕ ਤਾਂ ਇਹਦਾ ਸੰਦ ਸੁੰਦਾ ਹੈ, ਵਿਚਾਲੇ ਵਿਚੂਲੇ ਆ, ਗੰਦ ਪਿੱਲ ਮੈਨੂੰ ਬਹੁਤ ਪੈੜਾ ਲੱਗਦਾ ਹੈਗਾ, ਅਰਖ ਬਹੁਤ ਚੜਦਾ ਮੈਨੂੰ ਘਰਦਿਆਂ 'ਤੇ। ਚਲੋ ਬਾਬਾ, ਮੈਂ ਫੋਨ ਚਾਰਜ ਲਾਉਣਾ ਸੱਚ ਬਈ ਹੈ ਨਾ, ਅਤੇ ਮੁੜ ਕੇ ਲੈਟ ਰੂਟ ਜਾ ਵੜਦੀਆਂ ਨੇ, ਹਾਂ ਕੀ ਫਾਇਦਾ, ਮੁੜ ਕੇ ਝਾਕੀਆਂ ਨੇ ਬੈਠੇ, ਅਤੇ ਆ ਘੋੜੇ ਨੇ ਲਈ ਖਾ ਬਦਾਮ, ਅਤੇ ਬਸ ਇਹਨੂੰ ਛੱਡ ਦਿੰਦੇ ਹਾਂ ਖੋਡੇ 'ਚ ਆਪਾਂ। ਲਓ ਜੀ, ਚੱਕ ਲੈਂਦੀਆਂ ਬਦਾਮਾਂ ਵਾਲਾ ਕਬੂਤਰੀਆਂ ਸਾਰੀਆਂ, ਕਬੂਤਰ ਵੀ ਦੇ ਕਬੂਤਰੀਆਂ ਹੈ ਨਾ, ਅਤੇ ਮੈਂ ਟਾਈਮ ਨਾਲ ਨਿਬੇੜ ਕੇ ਯਾਰ, ਮੁੜ ਕੇ ਵਿਹਲੇ ਵੂਲੇ ਹੋ ਜਾਂਦੇ ਆ, ਕੱਟੀ ਜਾਂਦਾ ਪਹਿਲਾਂ ਛਿੱਲੀ ਜਾਂਦਾ ਬਸ ਕੱਟ ਕੇ, ਅਤੇ ਹੁਣ ਪਾ ਦਿੰਦੇ ਇਹਨਾਂ ਨੂੰ ਆਪਾਂ। ਲਓ ਜੀ, ਰੱਖੀਏ ਇੱਧਰ ਦੋਵੇਂ ਕਬੂਤਰਾਂ ਨੂੰ ਬਦਾਮ। ਪਹਿਲਾ ਨੰਬਰ ਹਰੀ ਕਾਂ ਤਾਲੀ ਖੰਡ, ਆਇਆ 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 ਪੁੱਤ ਆਇਆ ਆਇਆ ਆਇਆ। ਦੂਜੇ ਨੰਬਰ 'ਤੇ ਕੱਚ ਕਾਂ ਤਾਲੀ, ਆਇਆ 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 ਆਇਓ 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 ਆਇਓ। ਲਓ ਜੀ, ਅਤੇ ਇੱਧਰ ਇਹ ਦੋ ਕਬੂਤਰਾਂ ਨੂੰ ਬਦਾਮ ਰੱਖ ਦੇਈਏ, ਠੀਕ ਹੈ। ਇੱਕ ਤਾਂ ਗੁਲਾਬੀ ਢਿੱਡ ਟੂਸੇ ਵਾਲੀ ਨੂੰ, ਆਇਆ 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 ਪੁੱਤ, ਅਤੇ ਇੱਧਰ ਦੂਜੀ ਹਰੀ ਗੁਲਾਬੀ ਵਾਲੀ ਕਾਲੀ ਚੀਨੀ, ਆਇਆ ਆਇਆ ਆਇਆ। ਅਤੇ ਓਕੇ ਉਹਦੀ ਰਿਪੋਰਟ ਹੈ ਨਾ, ਇੱਕ ਭੂਤ ਰਹੇਗੀ ਉਹਦੇ ਵਾਸਤੇ ਵੀ ਕੱਟ ਦੇਗੇ ਬਸ।
ਲਓ ਜੀ ਇੱਧਰ ਬਲੈਕ ਨੂੰ ਵੀ ਰੱਖ ਦੀ ਬਦਾਮ, ਆਇਆ 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 ਬੁੱਤ, ਅਤੇ ਇੱਧਰ ਥੱਲੇ ਰੱਖ ਦੀ ਗੁਲਾਬੀ ਬਗਲ ਵਾਲੇ ਕਾਲੇ ਚੀਨੇ ਨੂੰ ਵੀ, ਆਇਆ 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 ਬੁੱਤ, ਅਤੇ ਕਬੂਤਰਾਂ ਦੇ ਵੀ ਸਾਰਿਆਂ ਦੇ ਬਦਾਮ ਹੋ ਗਏ, ਇਹਨਾਂ ਨੂੰ ਖੁੱਡੇ ਛੱਡਿਆ ਵਾਂ ਮੈਂ, ਲਓ ਜੀ ਨਿਕਲ ਗਿਆ ਸੀ ਪਿੰਜਰੇ ਹੀ ਲਿਆਂਦਾ, ਇੱਕ ਮਿੰਟ, ਚਲੋ 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 ਅੰਦਰ ਚਲੋ ਅੰਦਰ ਚਲੋ 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 ਹੌਲੀ ਹੌਲੀ, ਓਕੇ ਵੀ ਰਿਪੋਰਟ ਰਹਿ ਗਈ ਇੱਕ ਅੱਧੀ, ਨਿਕਲ ਗਈਆਂ ਸਾਰੀਆਂ, ਲਓ ਜੀ ਰੱਖ ਦੀ ਉੱਧਰ ਕਬੂਤਰਾਂ ਵਾਲੇ ਪਾਸੇ ਦਾਣੇ, ਆਇਓ 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 ਪੁੱਤ, ਲਓ ਜੀ ਇੱਧਰ ਬੈਠ ਕੇ ਵੀ ਖੋਲੀਏ ਲੱਗਦੇ ਹੱਥ, ਪਰ ਤਾਂ ਮਾੜੇ ਮੋਟੇ ਦਾਣੇ ਇਹ ਸਿੜਦੇ ਇੱਧਰ, ਲਾਈਟਾਂ ਲੂਟਾਂ ਬੰਦ ਕਰ ਦੇ ਕੇ ਪ੍ਰਿੰਟ ਖਾ ਗਈ ਸੀ ਮਾਰਤੇ, ਵਿੰਡੋ ਵੀ ਖੋਲ ਦੇ ਇੱਧਰੋਂ, ਲਓ ਜੀ ਵਿੰਡੋ ਵੀ ਓਪਨ ਕਰ ਦੇ ਇੱਧਰ, ਹਾਂਜੀ ਇੱਧਰ ਬਲੈਕ ਹੀ ਇਹਨੇ ਵੀ ਅਤੇ ਇਹਨੇ ਵੀ ਬਦਾਮ ਖਾ ਲਏ, ਅਤੇ ਜਿਹੜਾ ਆਪਣਾ ਬਾਜੀ ਉੱਡੇ ਸੀ ਹੈਨਾ ਮਤਲਬ ਉਹਦਾ ਥੱਲੇ ਟੂਸੇ ਵਾਲਾ, ਅਤੇ ਵੈਸੇ ਤਾਂ ਬਈ ਜਿਹੜੇ ਭਰਾ ਤੋਂ ਲਿਆਂਦਾ ਹੈ ਨਾ ਉਹਦੇ ਘਰ ਮਤਲਬ ਬਿਮਾਰੀ ਸੀਗੀ, ਉਹਨੇ ਦੱਸਤਾ ਸੀ, ਪਰ ਉਹਨੇ ਨਾਲ ਦੀ ਨਾਲ ਸਹੀ ਨਵੇਂ ਖੁੱਡਾਂ ਤਾੜ ਕੇ ਦਿੱਤਾ, ਡਰ ਤਾਂ ਵੈਸੇ ਹੈਗਾ ਉਹ ਚੀਜ਼ ਦਾ ਆਪਾਂ ਨੂੰ ਹੈਨਾ, ਵੀ ਪਹਿਲੀ ਵਾਰ ਉਹਨੇ ਪੁੱਛਿਆ ਹੈ ਨਾ, ਫਿਰ ਉਹਨੇ ਦੱਸਤਾ ਕਹਿੰਦਾ ਮੇਰੀ ਬਿਮਾਰੀ ਆਈ ਹੈ ਕਬੂਤਰਾਂ ਨੂੰ, ਮੈਂ ਤਾਂ ਹੀ ਉਸ ਜ਼ਿਆਦਾ ਟਾਈਮ ਉਹਦੀ ਛੱਤ 'ਤੇ ਖੜਿਆ, ਮੈਂ ਇੰਨਾ ਵੀਡੀਓ ਬਣਾਈ ਬਸ 6 ਦੇ ਕਬੂਤਰ ਫੜ ਕੇ ਮੈਂ ਘਰ ਆਉਣ ਦੀ ਕੀਤੀ ਉੱਥੋਂ, ਅਤੇ ਵੈਸੇ ਉਹਨੇ ਨਵੇਂ ਖੁੱਡੇ ਪਾ ਰੱਖੇ ਸੀ, ਹੁਣ ਉਹਨਾਂ 'ਚ ਤਾਂ ਹੈ ਨਹੀਂ ਇੱਦਾਂ ਕੋਈ ਇਸ਼ੂ, ਪੁਰਾਣੇ ਖੁੱਡਿਆਂ 'ਚ ਕਹਿੰਦਾ ਬਿਮਾਰੀ ਸੀ ਮੇਰੇ ਹੱਥ, ਮੈਂ ਚਲ ਕੋਈ ਚੱਕਰ ਨਹੀਂ, ਉੱਥੇ ਤਾਂ ਸਾਰਾ ਕਬੂਤਰ ਹੀ 20-25 ਸੈਕਿੰਡ ਰਿਹਾ ਉੱਥੇ ਹੈ ਨਾ ਉਹ ਘਰੇ ਤਾਂ, ਲਓ ਜੀ ਇੱਧਰ ਦਮਣੀ ਪਹੁੰਚ ਚੁੱਕਿਆ, ਹਾਲੇ ਇਸ ਟਾਈਮ ਕਹਿੰਦਾ ਲਈ ਫਿਰਦਾ, ਮੈਨੂੰ ਨੌਕਰੀ ਮਿਲੀ ਹੈ ਸਰਕਾਰੀ, ਅੱਛਾ ਇੱਥੇ ਵੱਡੀ ਨਾਲ ਹੀ ਨਵਾਂ ਕੰਮ ਨਾਲ ਹੀ, ਬਾ ਫਿਰ ਤਾਂ ਸਹੀ ਹੈ, ਅਤੇ ਛੱਡ ਗਏ ਇੱਧਰ ਬਲੈਕ ਕੇ ਨੂੰ ਅਤੇ ਕਾਲੇ ਜੀ ਨੇ, ਬਰਤਾਸ਼ ਗੈਂਗ ਬਾਕੀ ਡੀਕੇ ਨੇ ਬਸ, ਹੁਣ ਤਿੰਨ ਬੰਦੇ ਹੋ ਗਏ ਪੂਰੇ, ਹੁਣ ਨਹੀਂ ਦਵਾਲ ਹੈ, ਅਤੇ ਹਰੇ ਟੂਸਿਆਲ ਨੂੰ ਵੀ ਛੱਡ ਦੇ ਖੁੱਡੇ 'ਚ, ਕੋਈ ਚੱਕਰ ਵਾਲੀ ਗੱਲ ਨਹੀਂ, ਦਾਣੇ ਦਾਣੇ ਖਾਊਗਾ, ਓਕੇ ਰਿਪੋਰਟਾਂ, ਅਤੇ ਇੱਧਰ ਰੱਖ ਦੀਏ ਭੱਠਿਆਂ ਵਾਲੇ ਪਾਸੇ ਵੀ ਦਾਣੇ, ਆਇਓ 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 ਪੁੱਤ, ਅਤੇ ਮੋਜਾ ਬਹਿਗਾ ਵੀ ਪਾਸੇ ਆਪਣਾ, 10 ਵਜੇ ਬਹਿਗਾ ਸੀ ਪਾਸੇ ਕੋਠੀ ਦੇ ਪਤੰਗ, ਦੋ ਕਬੂਤਰ ਆ ਕੇ ਹੋਰ ਬੈਠ ਗਏ, ਇੱਕ ਤਾਂ ਦੋਵੇਂ ਗੁਲਾਬੀ ਟੂਸਿਆਂ ਵਾਲਾ 12 ਵਜੇ, ਅਤੇ ਹਰਾ ਘੰਟ ਗੁਲਾਬੀ ਕਾਂਤ 12:02 'ਤੇ, ਅਤੇ ਮੋਜਾ ਵੀ ਛਤਰੀ 'ਤੇ ਹੈਗਾ, ਮੋਜਾ ਪਾਸੇ ਬਹਿ ਗਿਆ ਸੀ 10 ਵਜੇ ਕੋਠੀ 'ਤੇ, ਇਹ ਜਾਨਵਰ ਸੀਗੇ ਹੈ ਨਾ, ਅਤੇ ਆਹ ਆਪਣਾ ਬੈਠਾ 12 ਵਜੇ ਸਹੀ ਗੁਲਾਬੀ ਟੂਸਿਆਂ 'ਤੇ ਟਵਰੀ ਵਾਲਾ, ਆਹ ਬਹਿ ਗਈ 12:02, ਆਹ ਬਹਿ ਗਿਆ ਸੀ 10 ਵਜੇ ਕੋਠੀ 'ਤੇ, ਓਕੇ, ਅਤੇ ਬਾਬੇ ਕਬੂਤਰ ਘੱਟ ਗਏ, ਥੱਲੋਂ ਨੀਲੇ ਵੀ ਹੋ ਗਏ ਕਬੂਤਰ ਹੈ ਨਾ, ਵੀ ਲਗਭਗ 1-1.5 ਸੁੱਕੀ ਹੋਰ ਕਰਾ ਕੇ ਇਹਨਾਂ ਨੂੰ ਪਾਣੀ ਲੱਗ ਸਕਦਾ ਹੈ ਨਾ, ਤਾਂ ਕਰਕੇ ਹੁਣ ਥੋੜ੍ਹਾ ਜਿਹਾ ਆਪਾਂ ਬੰਦੀ ਦੇ ਦਾਂਗੇ ਬਈ ਦੀ, ਅਤੇ ਟਾਈਮ ਨੋਟ ਕਰਦਾ ਇਹਨਾਂ ਦਾ ਮੈਂ, ਅਤੇ ਦੋ ਕਬੂਤਰੀਆਂ ਰਹਿ ਗਈਆਂ ਬਈ, ਇੱਕ ਤਾਂ ਪਾਣੀ ਵਾਲੀ ਗੁਲਾਬੀ ਟੂਸੇ ਟੋਰੀ ਵਾਲੀ, ਇੱਕ ਰਹੇਗੀ ਜੀ ਗੁਲਾਬੀ ਟੂਸੇ ਅਤੇ ਹਰੇ ਡੰਡੇ ਵਾਲੀ, ਪਏ ਮਾਰੀ ਇਹਨੇ ਨਿਗਾਹ, ਅਤੇ ਨਾਲ ਨਾਲ ਮੈਂ ਕਿਹਾ ਸੋਨੂੰ ਵੀ ਦਿਖਾ ਦੇਗੇ, ਉਹ ਤਾਂ ਜਾਂਦੀ ਟੂਸੇ ਡੰਡੇ ਵਾਲੀ, ਆਹ ਗਈ ਟੂਸੇ ਟੋਰੀ ਵਾਲੀ ਬਈ, ਇੱਕ ਮਿੰਟ ਬਲਰ ਹੁੰਦਾ, ਇੱਕ ਮਿੰਟ ਰੁਕੋ ਰੁਕੋ ਰੁਕੋ, ਪਹਿਲਾਂ ਬਲਰ ਹੀ ਹੱਲ ਕਰ ਗਏ ਆਪਾਂ ਪ੍ਰੋਬਲਮ, ਖੜ ਜਾਓ, ਐਂ ਨਹੀਂ ਗੱਲ ਬਣਦੀ, ਕੀ ਹੋਈ ਜਾਂਦਾ ਇਹਨੂੰ ਯਾਰ, ਹੁਣ ਸਹੀ ਆ, ਹੁਣ ਕਬੂਤਰੀ ਨਹੀਂ ਕੋਈ ਉੱਤੇ ਆਉਣੀ, ਹੁਣ ਜੇ ਬਲਾਰ ਉਹਨੂੰ ਹਟਿਆ ਤਾਂ, ਹਾਂ ਬਾਬੇ ਉਹ ਆ ਉਹਨੂੰ, ਇੱਕ ਆ ਗਈ ਅਤੇ ਇੱਕ ਇੱਧਰ ਟੱਪ ਗਈ ਹੈ ਨਾ, ਇੱਕ ਮਿੰਟ ਬਈ ਜਗਸੀਰ ਦਾ ਫੋਨ ਆਈ ਜਾਂਦਾ ਹੈਗਾ, ਉਹਦਾ ਫੋਨ ਚੱਕ ਲਾਂਗਾ, ਕਬੂਤਰ ਦੂਸਰ ਚੁੱਡਿਆ ਫਿਰਦਾ ਝੁੰਬੇ, ਅਤੇ ਦੂਸਰ ਦੀ ਅਪਡੇਟ ਵੀ ਤੁਹਾਨੂੰ ਦੇ ਬਾਅਦ 'ਚ ਦੇਵਾਂਗੇ, ਇੱਕ ਮਿੰਟ ਵੱਲੋਂ ਲਓ ਬਾਬੇ ਉਹ ਟੂਸੇ ਡੰਡੇ ਵਾਲੀ ਵੀ ਆ ਕੇ ਬੈਠ ਗਈ ਬਈ, ਹਾਂ 12:27 'ਤੇ ਬਹਿ ਗਈ ਆ ਕੇ, ਅਤੇ ਇਹਨਾਂ ਦਾ ਚੁੰਝਾ ਲਵਾ ਦੀਆਂ ਬੜੀਆਂ ਬੜੀਆਂ, ਆਇਆ 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 ਪੁੱਤ, ਥੋੜ੍ਹਾ ਜਿਹਾ ਇਹਨੂੰ ਪਿਆ ਦੀਏ, ਅਤੇ ਘੰਟ ਵਾਲੀ ਵੀ 2 ਮਿੰਟ ਬਾਅਦ ਹੀ ਬੈਠੀ ਸੀ, ਇਹਨੂੰ ਵੀ ਪਿਆ ਹੀ ਦਈਏ ਮਾੜਾ ਜਿਹਾ, ਆਇਆ 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 ਆਇਆ, ਬਸ ਬਹੁਤ ਇੰਨਾ ਤਾਂ, ਮੂਜੇ ਨੂੰ ਵੀ ਪਿਆ ਹੀ ਦੇਵਾਂ ਸੱਚਣ, ਆਇਆ 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 ਆਇਆ, ਤੈਨੂੰ ਵੀ ਹੋਇਆ ਬਸ਼ਰਮਾ, ਤੂੰ ਤਾਂ ਤੜਕੇ ਤਾਂ 20 ਵਾਰੀ ਪਏ ਘੁੱਟ ਗਿਆ ਕੋਠੀ 'ਤੇ, ਡਾਕੂਆਂ ਹੀ ਪੀਆ ਤੂੰ, ਇੱਕ ਗੇੜੇ 'ਚ ਹੀ ਪਿਆ ਦੇਵਾਂਗੇ ਹੁਣ ਤਾਂ ਜਿੰਨਾ ਪੀਣਾ, ਲਾ ਕੇ ਕਬੂਤਰੇ ਨੂੰ ਆਪਣੇ ਨੂੰ ਹੈ ਨਾ, ਟੂਸੇ ਡੰਡੇ ਵਾਲੀ ਨੂੰ,
ਇਕੱਲੇ ਨੂੰ ਯਾਰ ਤਾਂ ਚੜ੍ਹਨਾ ਔਖਾ ਲਾਉਣਾ ਕਰਨਾ ਹੈ ਨਾ। ਆਹ ਪਾਣੀ ਵਾਲੀ ਰਹੀ ਗਈ ਬਈ, ਇਹ ਵੀ ਬੈਠੀ ਜਾਂਦੀ ਹੈ ਲਗਭਗ, ਪਰ ਇਹ ਕੱਟ ਜੂ ਹਜੇ ਘੰਟਾ ਨਹੀਂ ਪੈਂਦੀ ਮੈਨੂੰ ਲੱਗਦਾ। ਲਓ ਜੀ ਲਾਸਟ ਕਬੂਤਰੀ ਵੀ ਬੈਠ ਗਈ ਆ ਕੇ, ਟੂਸੇ ਟੋਰੀ ਵਾਲੀ ਹੈ ਨਾ, ਇਹ ਬੈਠ ਗਈ 12:41 'ਤੇ ਬਈ। ਇੱਧਰ ਬਈ ਪਹਿਲਾਂ ਇਹਨੂੰ ਪਾਣੀ ਪਿਆ ਚੱਲੀਏ। ਆਇਆ 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 ਪੁੱਤ ਆਇਆ 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 ਬਹੁਤ ਇੰਨਾ ਕੁ, ਇਹਨੂੰ ਵੀ ਪਿਆ ਚੱਲੀਏ। ਆਇਆ 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 ਬਹੁਤ ਆ ਕੇ ਨਾ। ਟੂਸੇ ਡੰਡੇਲ ਦੀ ਮਾੜੀ ਚੁੰਝੀ ਲਵਾ ਦੇ ਪਾਣੀ 'ਚ। ਵਾਹ 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 ਬਹੁਤ ਆ ਖੰਡ, ਇੰਨਾ ਤਾਂ ਬਹੁਤ ਇੱਕ ਕਰੀ। ਆਇਆ 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 ਲਓ ਜੀ ਥੋੜ੍ਹਾ ਥੋੜ੍ਹਾ ਪਾਣੀ ਪਿਆ ਦੀਏ, ਜ਼ਿਆਦਾ ਨਹੀਂ। ਆਇਆ 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 ਬਸ ਇੰਨਾ ਇੰਨਾ, ਇਹ ਦੁਬਾਰਾ ਡੱਕਵਾਂ ਪੈ ਦਿਆਂਗੇ ਹੈ ਨਾ ਜੀ। ਘੰਟ ਕਾਂ ਤਾਂ ਇਦਾਂ ਵੀ ਹੋਰ ਪਿਆ ਦੀਏ। ਆਇਆ 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 ਲਓ ਜੀ ਡੱਕਵਾਂ ਪੀਤਾ ਕੂਦਰੇ ਨੇ ਪਾਣੀ, ਟੂਸਿਆਂ ਦੇ ਧਰ ਦੀ ਵੀ ਇੱਕ ਵਾਰੀ ਹੋਰ। ਆਇਆ 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 ਹੁਣ ਓਕੇ। ਇੱਥੇ ਤੇਰੇ ਮੋਜੇ ਨੇ ਹੋਰ ਧਰਦੀ, ਜੇ ਪੀਣਾ ਹੋਊਗਾ ਤਾਂ ਪੀ ਲੂਗਾ, ਨਹੀਂ ਜਿਹੜੀ ਮਰਜ਼ੀ ਹੈਗੀ, ਠੀਕ ਹੈ ਕਿ ਨਹੀਂ। ਆਹ ਭੇਡ ਦੇ ਸਾਰੇ ਕਲੋਜ਼ ਕਰ ਦਈਏ। ਅਤੇ ਇੱਧਰ ਇਹ ਦੋਵੇਂ ਕਬੂਤਰਾਂ ਨੂੰ ਰਾਜਮਾਂ ਪਾਣੀ ਪਿਆ ਦਈਏ। ਆਇਓ 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 ਲਓ ਓਕੇ ਉਹਦੀ ਰਿਪੋਰਟ, ਪੀ ਲੈ ਬਈ ਡਾਕ ਕੇ ਪਾਣੀ। ਲਓ ਜੀ ਪਏ ਅੰਦਰ, ਬਾਹਰ ਆਪਣੇ ਡਾਕਟਰ ਸਾਹਿਬ ਵੀ ਪਏ। ਮਾਰੋ ਨਹੀਂ ਕੋ ਫੋਨ 'ਤੇ ਲੱਗਾ ਮਤਲਬ ਤੇ ਦੰਦ ਜੇ ਕੱਢੀ ਜਾਂਦੇ। ਲੈ 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 ਹੈ ਇੱਧਰ ਆਪਾਂ ਪਾਈ ਹਾਂ। ਹਾਂ ਕੂਤੜੇ ਹਜੇ ਪਾਣੀ ਪੂਣੀ ਨਹੀਂ ਖਿੱਚਿਆ ਹੈ ਨਾ, ਸ਼ਾਇਦ ਮੋਜੇ ਨੇ ਖਿੱਚ ਲਿਆ ਵੀ ਇਕੱਲੇ, ਉਹਨੂੰ ਬਦਾਮ ਬਦੂਮ ਧਰਦਿਆਂ ਮੈਂ। ਹੋਰ ਹੀ ਹੈ ਦਿਨ ਜੇ ਕੱਚੇ ਜੇ ਹੈ ਨਾ, ਸਰੀਰ 'ਚ ਟੁੱਟੀ ਜਾਂਦਾ ਸਾਰਾ ਦਿਨ, ਨੀਂਦ ਆਈ ਜਾਂਦੀ, ਅੱਖਾਂ ਮਿਚੀ ਜਾਂਦੀਆਂ, ਉਹ ਬੁਰਾ ਹਾਲ ਜਿਹਾ ਹੀ ਹੋਇਆ ਰਹਿੰਦਾ ਨਾ। ਪਤਾ ਕਮਜ਼ੋਰੀ ਜੀ, ਥਕਾਵਟ ਜੀ ਯਾਰ, ਇੰਨੀ ਨੀਂਦ ਵੀ ਬਹੁਤ ਆਉਂਦੀ, ਰਾਤ ਨੂੰ ਵੀ ਬਹੁਤ ਸੌਂਦਾ ਮੈਂ ਤਾਂ, ਵੀ ਸਿੱਧੀ ਜੀ ਗੱਲ ਹੈ, ਪਤਾ ਨਹੀਂ ਕੀ ਹੋਇਆ ਪਿਆ ਯਾਰ। ਹਾਂਜੀ ਬਾਬਿਓ ਆ ਗਏ ਇੱਧਰਲੇ ਘਰੇ ਫਿਰ ਬਈ, ਚਾਹ ਚੂ ਪੀ ਕੇ ਰੋਟੀ ਵਗੈਰਾ ਖਾ ਕੇ, ਅਤੇ ਮੇਰੀ ਖੁੱਡੇ ਸਾਫ਼ ਕਰਨ ਦੀ ਰਾਏ ਆ ਬਈ ਆ ਗਈ, ਬਾਕੀ ਦੇਖਦੇ ਹਾਂ ਕੋਈ ਗੱਲ ਨਹੀਂ। ਪਹਿਲਾਂ ਸਾਰੇ ਕੁੱਤਰਾਂ ਨੂੰ ਬਦਾਮ ਪਾਵਾਂ, ਇਹਨਾਂ ਦਾ ਪਾਣੀ ਪੂਣੀ ਖਿੱਚ ਕੇ, ਮੈਨੂੰ ਪਤਾ ਇਹ। ਅਤੇ ਸੱਚ ਹਾਂ ਦੂਸਰ ਦੀ ਅਪਡੇਟ ਵੀ ਦੇ ਦਿਆਂ ਬਈ ਤੁਹਾਨੂੰ ਹੈ ਨਾ, ਕੱਲ੍ਹ ਲਗਭਗ 70 ਕਬੂਤਰ ਫਿਰਦੇ ਸੀਗੇ, 60-70 ਕਬੂਤਰਾਂ ਨੇ ਟਾਈਮ ਕੀਤਾ, ਅਤੇ ਵਿੱਚੋਂ ਅੱਜ ਦੂਸਰ 'ਚ ਉੱਡੇ ਸੀ 50-51 ਕਬੂਤਰ, ਅਤੇ ਲਗਭਗ ਇਸ ਟਾਈਮ ਆਹ ਹੋਊਗਾ 3:30 ਦੀ ਰਿਪੋਰਟ ਹੈ, 10 ਕਬੂਤਰ ਮਸਾਂ ਫਿਰਦੇ ਹੋਣਗੇ, 10-15, ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗਾ, ਇਹ ਦਿਨ ਭੈੜਾ ਬਣ ਗਿਆ। ਅਤੇ ਜਗਸੀਰ ਵਾਲਾ ਕਬੂਤਰ ਹੋਣਾ ਆਪਣਾ ਦੂਜਾ ਗੁਲਾਬੀ ਟੋਰੀ ਵਾਲਾ, ਉਹ ਦੂਸਰ 'ਚ ਬੈਠ ਗਿਆ ਸੀਗਾ 2:30 ਵਜੇ। ਲਓ ਜੀ ਪਹਿਲਾ ਨੰਬਰ ਮੋਜੇ ਦਾ। ਆਇਆ 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 ਪੁੱਤ ਹਾਲਾ ਬਦਾਮ। ਲਓ ਜੀ ਅਤੇ ਇੱਧਰ ਗੁਲਾਬੀ ਟੂਸਿਆਂ ਦਾ ਵੀ ਰੱਖ ਦੇ ਬਦਾਮ ਬਈ, ਗੁਲਾਬੀ ਟੂਸੇ ਐਂਡ ਗੁਲਾਬੀ ਟੋਰੀ। ਆਇਆ 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 ਪੁੱਤ ਖਾਲਾ। ਆਇਆ ਆਇਆ ਹਾਂ ਮੋਜਿਆ ਤੂੰ ਖਾਲੇ, ਇਹਦੀ ਚੱਕ ਲਈਏ ਪਲੇਟ, ਨਹੀਂ ਇਹਨੂੰ ਦਾਣੇ ਪਾਉਣੇ ਆ ਚਿੰਨੇ। ਲਓ ਜੀ ਨਾਲ ਦੀ ਨਾਲ ਦਾਣੇ ਵੀ ਰੱਖ ਦਈਏ ਮੋਜੇ ਨੂੰ। ਆਇਆ ਪੁੱਤ ਖਾਲਾ। ਲਓ ਜੀ ਰੱਖ ਦਈਏ ਇੱਧਰ ਟੂਸੇ ਡੰਡੇ ਵਾਲੇ ਬਦਾਮ। ਆਇਆ 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 ਪੁੱਤ, ਅਤੇ ਇੱਧਰੋਂ ਇਹਨੇ ਦਾਣੇ ਖਾਲੇ। ਲਓ ਜੀ ਅਤੇ ਲਾਸਟ ਕਬੂਤਰੀ ਰਹਿ ਗਈ ਆਪਣੀ ਗੁਲਾਬੀ ਟੂਸੇ ਟੋਰੀ ਵਾਲੀ, ਅਤੇ ਇਹਨੂੰ ਵੀ ਰੱਖ ਦਈਏ ਬਦਾਮ ਬਈ। ਆਇਆ 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 ਖੰਡ। ਲਓ ਜੀ ਇਹ ਦੋਵੇਂ ਕਬੂਤਰ ਵੀ ਛੱਡ ਦੇ ਕੁੰਡੇ 'ਚ, ਮੋਜਾ ਅਤੇ ਗੁਲਾਬੀ ਟੂਸਿਆਂ ਦੇ ਟੋਰੀ ਵਾਲਾ। ਓਕੇ ਵੀ ਰਿਪੋਰਟ।
ਤਾਸ਼ ਗੈਂਗ ਨੇ ਤਾਸ਼ ਕਰ ਲਈ ਸਟਾਰਟ। ਇੱਕ ਨਵਾਂ ਪਲੇਅਰ ਆਇਆ ਪਿਆ ਹੇਠਾ ਸਾਡਾ, ਸੰਦੀਪ ਸਿੰਘ ਮਾਨਾ ਵਾਲਾ ਉਰਫ ਖਬੂ ਡਾਊਨ, ਦੁਬਈ ਵਾਲਾ ਸੱਚ ਬਈ। ਲਓ ਜੀ, ਅਤੇ ਮੈਂ ਹਾਂ ਲੱਗਦੇ ਹੱਥਾਂ ਨਾਲ ਬਈ ਕਰਦੇ ਖੁੱਡੇ ਸਾਹਿਬ, ਮੂੰਹ ਵਗੈਰਾ ਕਵਰ ਕਰ ਲਏ ਪਹਿਲਾਂ ਚੰਗੀ ਤਰ੍ਹਾਂ, ਅਤੇ ਉਦੋਂ ਬਾਅਦ ਹੁਣ ਤੁਹਾਨੂੰ ਖੁੱਡਿਆਂ ਦੀ ਵੀ ਚਾਂਦੀ ਬਣਾ ਕੇ ਖਾਣਾ, ਸਾਰੇ ਖੰਭ ਖੁੰਭ ਬਿੱਠਾ ਬੁੱਠਾ ਮੂੰਹ ਕੇ ਹੈ ਨਾ ਛਾਣ ਦਿੰਦੇ ਹਾਂ ਬਸ ਆਪਾਂ। ਲਓ ਜੀ, ਇੱਕ ਖੁੱਡਾ ਸਾਫ਼ ਕਰਤਾ ਲੱਗ ਹੈ ਨਾ, ਬਸ ਆ ਰਹੇਗਾ ਥੋੜ੍ਹਾ ਜਿਹਾ ਇਹਨੂੰ ਛਾਣ ਦਿਆ ਕਰਾਂ। ਹੁਣ ਦੂਜੇ ਖੁੱਡੇ ਦੀ ਵਾਰੀ ਹੈ, ਦੂਜੇ ਪੱਤੇ ਦੀ ਵਾਰੀ ਕਹਿਣ ਲੱਗਾ ਸੀ ਮੈਂ ਤਾਸ਼ਾਂ ਨੂੰ ਵੇਖ ਕੇ, ਇਹ ਵੀ ਕਰਾਂ ਸਾਫ਼। ਲਓ ਜੀ, ਦੋਵੇਂ ਖੁੱਡੇ ਕਰਤੇ ਕਲੀਨ ਬਿਲਕੁਲ, ਓਨਲੀ ਮਿੱਟੀ ਰਹਿ ਗਈ ਥੱਲੇ ਥੱਲੇ, ਬੁੱਠਾਂ ਬੁੱਠਾਂ ਸਭ ਚੱਕ ਦਿੰਦਾ ਸੀਗਾ। ਇੱਧਰ ਵੀ ਓਕੇ ਹੋ ਗਈ ਰਿਪੋਰਟ, ਸੈੱਟ ਆ ਬਾਬੂ, ਅਤੇ ਹੁਣ ਚੱਲ ਨੀਰਾ ਵੱਢ ਕੇ ਲਿਆਉਣਾ ਹੋਵੇ ਇਦੂ ਬਾਅਦ। ਲੈ ਫੜੀ ਦੇ ਕੈਮਰਾ ਫੜੀ ਆ ਕੇ ਵੀਡੀਓ ਬਣਾ। ਲਓ ਜੀ, ਇੱਕ ਮਿੰਟ ਯਾਰ, ਚਲ ਕੋਈ ਟਰਪੋ ਆਈ ਸੀਗੀ ਆਪਣੇ ਕੋਲੇ ਬਾਜੀ ਤੋਂ ਬਾਦਲ ਪਿੰਡ, ਇਹ ਬਾਦਲ ਵਾਲੀ ਬਾਈ ਚੋਂ ਆਈ ਸੀ ਕਬੂਤਰੀ, ਅਤੇ ਬਾਈ ਯਾਰ ਗਿਆ ਲੈਣ ਕਬੂਤਰੀ ਨੂੰ, ਠੀਕ ਹੈ ਕਿੰਨੂੰ ਇਹਨਾਂ ਦੀ ਸੀਗੀ। ਇਹ ਦੱਸਿਓ ਬਾਈ ਮਾੜਾ ਕਿਹਦੇ ਕੋਲੋਂ ਸੀ ਕਬੂਤਰੀ, ਇਹ ਟਮਾਣੇ ਕੋਲੋਂ, ਇਹ ਬਈ ਸੀ ਕਬੂਤਰੀ ਟਮਾਣੇ ਦੀ ਬਾਈ, ਟਮਾਣੇ ਲਾਲ ਬਾਈ ਵਾਲੇ ਦੀ, ਅਤੇ ਇਹ ਕਰਦੇ ਇਹਨਾਂ ਨੂੰ ਕਬੂਤਰੀ ਵਾਪਸ ਆਪਾਂ, ਹਰਾ ਡੰਡਾ ਅਤੇ ਹਰੀ ਬਾਗ, ਆਹ ਮੋਰ ਉਵੇਂ ਸਾਨੀ ਲੱਗੀ ਪਈ ਹੈ, ਅਤੇ ਇਹਨੇ ਆਂਡਾ ਧਰ ਲਈ ਬਈ ਯਾਰ, ਕੀ ਹਿਸਾਬ ਕਿਤਾਬ ਸੀ ਯਾਰ, ਕਿ ਪਤਾ ਹੀ ਨਹੀਂ ਲੱਗਿਆ ਇਹਦਾ ਧੱਕਾ ਜੀ, ਮੰਨ ਕੇ ਚੱਲ ਯਾਰ ਜੇ ਦੂਸਰੇ ਰੋਡ ਦੀ ਇਹ ਉਦਣ ਤਾਂ ਆਂਡਾ ਹੀ ਆਇਆ ਦੂਸਰਾ, ਕਈ ਵਾਰੀ ਅਸਲਾ ਬਣ ਜਾਂਦਾ ਹੈਗਾ, ਸਹੀ ਗੱਲ ਹੈ, ਲੋਕ ਕਹਿੰਦੇ ਪਾਕਿਸਤਾਨ ਚੋਂ ਮੰਗਾ ਲਏ ਤਾਂ ਘਰ ਹੀ ਆ ਗਿਆ, ਸਹੀ ਗੱਲ ਹੈ, ਸਹੀ ਹੈ ਸਹੀ ਹੈ। ਲਓ ਜੀ, ਤੇ ਇੱਧਰ ਇਹ ਕਬੂਤਰਾਂ ਵੀ ਛੱਡਤੀਆਂ ਖੁੱਡੇ ਜਿਹੜੀਆਂ ਤਿੰਨ ਰਹਿ ਗਈਆਂ ਸੀ ਪਿੰਜਰਿਆਂ 'ਚ, ਓਕੇ ਹੋ ਗਈ ਰਿਪੋਰਟ। ਇੱਧਰ ਵੱਡੇ ਕਬੂਤਰਾਂ ਨੂੰ ਮੈਂ ਰੱਖ ਦਈਏ, ਆਇਓ 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 ਪੁੱਤ, ਖੜੋ ਉਹ ਪਾਣੀ ਚੱਕ ਦਿੰਦਾ, ਇੱਧਰ ਕਬੂਤਰਾਂ ਨੂੰ ਵੀ ਰੱਖ ਦਈਏ ਬਈ ਤਾੜੇ, ਆਇਓ 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 ਖੰਡੋ ਖਾਲੋ, ਉਹਨਾਂ ਨੂੰ ਪਾਣੀ ਵੀ ਰੱਖਤਾ ਬਈ ਨਾਲ ਦੀ ਨਾਲ, ਅਤੇ ਇੱਧਰ ਕਬੂਤਰਾਂ ਨੂੰ ਪਾਣੀ ਰੱਖ ਦਈਏ ਬਈ ਹੈ ਨਾ, ਤਾਜ਼ਾ ਅਤੇ ਠੰਡਾ ਠਾਰ ਬਿਲਕੁਲ, ਆਇਓ ਪੁੱਤ ਪੀ ਲਓ, ਅੱਗੇ ਇੱਟਾਂ ਲਾ ਦਿਆਂ ਮੈਂ, ਇੱਕ ਮਿੰਟ ਕਰਾਂ ਰੱਖ ਦਿਆਂ ਦੋਵੇਂ ਖੁੱਡਿਆਂ 'ਚ ਬਾਬੇ ਜੀ, ਇੱਧਰ ਕਬੂਤਰਾਂ ਨੂੰ ਰੱਖਤਾ ਪਾਣੀ, ਅਤੇ ਇੱਧਰ ਕਬੂਤਰਾਂ ਵਾਲਾ ਹੀ ਪਾਸੇ ਰੱਖਤਾ ਬਈ, ਅਤੇ ਹੁਣ ਇਹਨਾਂ ਦੇ ਖੁੱਡੇ ਦੇਈਏ ਆਪਾਂ ਜੜ, ਇੱਕ ਮਿੰਟ ਕਰਦੇ ਨੂੰ ਚੰਗੀ ਤਰ੍ਹਾਂ ਸਾਫ਼। ਲਓ ਜੀ, ਆ ਗਏ ਖੇਤ, ਅਤੇ ਵੱਢ ਲਈਏ ਹੁਣ ਦੋ ਥੱਬੀਆਂ ਨੀਰੇ ਦੀਆਂ, ਨੀਰਾ ਵੱਢ ਰਿਹਾ ਛੋਟੀਆਂ ਛੋਟੀਆਂ ਜਿਹੀਆਂ ਦੋ ਪੰਡਾਂ ਵਿੱਚ, ਇੱਕ ਨਿੱਕੀ ਜਿਹੀ ਥੱਬੀ ਵੱਛੀ ਵਾਸਤੇ, ਇਹ ਆ ਵੱਛੀ ਸਪੈਸ਼ਲ ਸਪੈਸ਼ਲ ਨੀਰਾ, ਸਪੈਸ਼ਲ ਨਹੀਂ ਬਾਬਿਓ, ਅਤੇ ਚਲੋ ਬਸ ਚੱਲਦੇ ਹਾਂ ਘਰ ਨੂੰ, ਅਤੇ ਬਾਕੀ ਕਾਫੀ ਦਿਨਾਂ ਬਾਅਦ ਨੀਰਾ ਵੱਢ ਕੇ ਮੈਨੂੰ ਫੀਲ ਗੁੱਡ ਆਇਆ ਅੱਜ, ਵਧੀਆ ਲੱਗਿਆ, ਥੋੜ੍ਹਾ ਜਿਹਾ ਬੈਠਣਾ ਜਿਹਾ ਔਖਾ ਜਿਹਾ ਹੋ ਗਿਆ ਹੈ ਨਾ, ਥੋੜ੍ਹਾ ਢਿੱਡ ਜਿਹਾ ਬਾਹਰੋਂ ਨਿਕਲਿਆ ਯਾਰ, ਪਹਿਲਾਂ ਤਾਂ ਐਂ ਹੁੰਦਾ ਹੀ ਜਾਵਾਂ। ਲਓ ਜੀ, ਆ ਕੇ ਘਰੇ, ਅਤੇ ਥੋੜ੍ਹੇ ਜਿਹੇ ਸੀਗੇ ਰਹਿ ਲਏ, ਅਤੇ ਮੈਂ ਕਿਹਾ ਚੱਲ ਹੁਣ ਇੱਕ ਮੁੰਡੇ ਨਾਲ ਤਾਸ਼ ਦੀ ਬਾਜੀ ਲਵਾ ਦਿਆਂ, ਮੱਸਰੀ ਵਾਲਾ ਯਾਰ ਇੱਥੇ ਤਾਂ, ਉਹ ਕਰੋ ਇੱਥੇ ਛੇਤੀ ਛੇਤੀ ਸਪਰੇਅ ਕਰੋ, ਦੂਜੀ ਲਿਆ ਕੇ ਬਾਹਰੋਂ ਮੰਗਾਓ। ਆ ਗਏ ਤਰਲੇ ਘਰੇ, ਸਮਾਨ ਪਤਾ ਚੱਕ ਕੇ ਆਪਣਾ, ਵਲੌਗ ਦੀ ਐਂਡਿੰਗ ਚੱਕਰ ਕੇ ਵੀਡੀਓ ਐਡਿਟ ਕਰਨ ਲੱਗੇ ਨੇ, ਦੇਖੀ ਹੈ ਨਾ, ਮੈਂ ਕਿਹਾ ਵੀ ਐਂਡ ਵਾਲੀ ਕਲਿੱਪ ਤਾਂ ਹੈ ਨਹੀਂ ਗੀ, ਕਲਿੱਪ ਕਿੱਥੋਂ ਹੋਈ ਤਾਂ ਆਪਾਂ ਸ਼ੂਟ ਹੀ ਨਹੀਂ ਕੀਤੀ ਗੀ। ਚਲ ਇਹ ਕਿਹੜਾ ਕੋਈ ਬੜਾ ਵੱਡਾ ਕੇਸ ਹੈ, ਹੁਣ ਨਿਬੇੜ ਦਿੰਦੇ ਹਾਂ ਕੰਮ ਹੈ ਨਾ, ਅਤੇ ਬਸ ਠੀਕ ਹੈ, ਇਹੀ ਕੁਛ ਸੀਗਾ ਸਾਰੇ ਦਿਨ 'ਚ ਹੈ ਨਾ, ਖੁੱਡੇ ਖੱਡੇ ਸਾਫ਼ ਕਰਤੇ, ਕੁਛ ਮਾੜੇ ਮੋਟੇ ਕਬੂਤਰ ਡਾ ਕੇ ਬਾਲੇ, ਇੱਕ ਉਹ ਕਬੂਤਰੀ ਵੀ ਮੋੜਤੀ ਹੈ ਨਾ, ਹਰੀ ਬਗਲ ਅਤੇ ਡੰਡੇ ਵਾਲੀ,
ਤੇ ਉਹਦਾ ਜਿਹੜਾ ਇੱਕ ਅੰਡਾ ਸੀ ਜਿਹੜਾ ਲਾਇਆ ਸੀ ਉਹ ਹੋ ਪਿਆ ਬਈ, ਹਨਾ ਆਪਣੇ ਕੋਈ ਕੰਮ ਦਾ ਨਹੀਂ ਹੋ ਪਿਆ। ਇੱਕ ਮਿੰਟ, ਇਹ ਹੋ ਰਿਹਾ ਸਾਹਮਣੇ, ਜੂਮ ਮਾਰ ਕੇ ਵੀ ਦਿਖਾ ਦਿੰਦੇ ਹਾਂ ਤੇ ਕਾਹਨੂੰ ਚੱਕ ਕੇ ਤੁਹਾਡੇ ਸਾਹਮਣੇ ਸੁੱਟ ਦਿਆਂਗੇ। ਕਿਤੇ ਆਖੀਏ ਉਹ ਹਨਾ ਵੀ ਕਬੂਤਰੀ ਦੇ ਤੀ ਅੰਡਾ ਰੱਖ ਕੇ ਪਤੰਦਰ, ਅੰਡਾ ਨੱਪ ਕੇ ਨਸਲ ਵਧਾਉਣਗੇ ਗਾਹ, ਹਨਾ ਸੋਚ ਹੁੰਦੀ ਹੈ ਕਈ ਬੰਦਿਆਂ ਦੀ। ਅਤੇ ਆਪਾਂ ਤਾਂ ਚਲੋ ਵੈਸੇ ਉਹ ਪਾਸੇ ਰੱਖ ਪਾਈ ਚੱਕ ਕੇ ਕਿ ਨਹੀਂ। ਅਤੇ ਦੂਸਰ ਦੀ ਅਪਡੇਟ ਵੀ ਤੁਹਾਨੂੰ ਦੇ ਦਿੰਦੇ ਹਾਂ ਨਾ, ਝੁੰਬੇ ਅੱਜ ਮੈਨੂੰ ਲੱਗਦਾ 2 ਕਬੂਤਰਾਂ ਨੇ ਟਾਈਮ ਕਰਤਾ ਉੱਥੇ, ਅਤੇ ਉਹ ਦੋਵਾਂ 'ਚ ਵੰਡੀ ਗਈ। 7 ਵਜੇ ਦਾ ਟਾਈਮ ਕਰਾਤਾ ਸੀਗਾ, ਸ਼ਾਇਦ ਇੱਕ ਕਬੂਤਰ ਇਕੱਲਾ ਸੀਗਾ ਅਤੇ ਇੱਕ ਪਾਸੇ ਸ਼ਿਆਣੇ ਕੀਤੀ ਸੀਗੀ, ਬਾਕੀ ਬੈਟ ਬੂਟ ਕੇ 2 ਹੀ ਰਹਿ ਗਏ ਸੀ 7 ਵਜੇ ਦਿਨ, ਅਤੇ ਦੋਵਾਂ 'ਚ ਸਾਂਝੀ ਕਰਤੀ ਬਾਜੀ। ਅਤੇ ਬਾਕੀ ਬਸ ਕੱਲ੍ਹ ਤੁਹਾਨੂੰ ਕਰਦੇ ਹਾਂ ਨਵੇਂ ਕਬੂਤਰ ਵੀ ਸਟਾਰਟ, ਜਿਨ੍ਹਾਂ ਨੂੰ ਡੀ ਵਾਰਮਿੰਗ ਕੀਤੀ ਆ, ਲਾ ਕੇ ਰੰਗ ਰੁੰਗ ਕਬੂਤਰਾਂ ਦੇ ਅਤੇ ਪਾਉਣੇ ਆ ਚਾਲੇ, ਹੈ ਨਾ। ਅਤੇ ਬਾਕੀ ਬਸ ਗਰਮੀ ਦੀ ਵੇਟ ਆ ਬਾਈ, ਬਸ ਇਹ ਬਾਜੀ ਵੀ ਧੱਕੇ ਨਾਲੀ ਛੱਡ ਕੇ ਲਿਆਉਂਦੀ ਸੀ, ਲਗਭਗ ਉਹ ਦਿਨ ਭਾਲਦੇ ਹਾਂ ਜਦੋਂ ਬਾਜੀ ਨਿਬੜੇ 4-5। ਬਾਕੀ ਸਾਡੇ ਇੱਧਰ ਗਰਮੀ ਬਹੁਤ ਪੈਂਦੀ ਹੈ, ਕਈ ਵਾਰੀ 3-3:30 ਵੀ ਬਾਜੀ ਨਿਬੜ ਜਾਂਦੀ ਇੱਧਰ, ਕਿੰਨੇ ਮਰਜ਼ੀ ਕਬੂਤਰ ਹੋਣ। ਉਹ ਦਿਨਾਂ ਦੀ ਵੇਟ ਕਰ ਰਹੇ ਹਾਂ ਵੀ ਉਹ ਦਿਨ ਆਉਣ ਤਾਂ ਕੁਛ ਮਾੜਾ ਮੋਟਾ ਪਾਉਣ ਸਾਰਾ ਹੋਵੇ। ਆ ਠੰਡੇ ਦਿਨਾਂ ਯਾਰ ਜਿੰਨੇ ਛੱਡਦੇ ਆ ਵੀ ਹੱਥ ਨੇ ਸਾਰੇ ਹੀ ਫਿਰਦੇ ਹੁੰਦੇ, ਤੁਹਾਨੂੰ ਵੀ ਪਤਾ ਹੈਗਾ ਕਿ ਨਹੀਂ। ਚਲੋ ਠੀਕ ਆ ਬਾਬੇ, ਬਸ ਹੁਣ ਆਈ ਸੀ ਗੱਲਬਾਤ, ਬਾਕੀ ਕਮੈਂਟ ਕਮੁੰਟ ਪੜ੍ਹਨ ਦਾ ਹੈ ਨਾ ਇੰਨਾ ਟਾਈਮ ਨਹੀਂ ਲੱਗਦਾ, ਬਸ ਤੁਹਾਡੇ ਲਈ ਵੀਡੀਓ ਬਣਾ ਕੇ ਪਾ ਦਿੰਦਾ ਹੈ ਨਾ। ਭਰਾ ਆਪਣੇ ਗੁੱਸਾ ਨਾ ਕਰਿਆ ਕਰੋ ਕਿਤੇ ਵੀ, ਨਾ ਮੈਂ ਇੰਸਟਾਗ੍ਰਾਮ 'ਤੇ ਮੈਸੇਜ ਮੂਸੀ ਚੈੱਕ ਕਰਾਂ, ਹੈ ਨਾ ਨਾ ਕੋਈ ਸਟੋਰੀ ਪਾਵੇ ਉੱਧਰ, ਨਾ ਕੋਈ ਰੀਲ ਪਾਈ ਗਈ ਆ, ਬਸ ਨਾ ਕੋਈ ਕਮੈਂਟਾਂ 'ਤੇ ਰਿਪਲਾਈ ਹੁੰਦਾ ਯੂਟਿਊਬ 'ਤੇ, ਬਸ ਸਿਰਫ ਵੀਡੀਓ ਬਣਾ ਕੇ ਅਪਲੋਡ ਕਰ ਦਿੰਦਾ ਤੁਹਾਡੇ ਲਈ। ਅਤੇ ਇੰਨੇ 'ਚ ਐਡਜਸਟ ਕਰ ਲਿਆ ਕਰੋ ਭਰਾ ਆਪਣੇ, ਅਤੇ ਗੱਲਾਂ ਬਾਤਾਂ ਕੋਈ ਨਾ ਆਪਾਂ ਵਿਹਲੇ ਹੋ ਕੇ ਮਾਰਿਆ ਕਰਾਂਗੇ। ਤੇਰਾ ਹੁਣ ਕਸਦਾ ਕੰਮ ਹੈ, ਇਕੱਲਾ ਬੰਦਾ, ਤੁਹਾਨੂੰ ਪਤਾ ਹੱਥ ਨੂੰ ਸੂਣ ਵਾਲਾ ਹੋ ਜਾਂਦਾ ਨਾ ਬਈ ਕਿ ਨਹੀਂ। ਚਲੋ ਠੀਕ ਹੈ ਜੀ, ਓਕੇ, ਬਾਏ ਬਾਏ ਸਾਰੇ ਵੀਰਾਂ ਨੂੰ।